ਕੋਵਿਡ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਨਈ ਗਾਈਡਲਾਈਨਸ ਇਸ਼ੂ ਕੀਤੀਆਂ ਗਈਆਂ ਜਿਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਕਿ 31 ਮਾਰਚ ਤੱਕ ਕੋਈ ਵੀ ਰੈਲੀ ਜਿਹੜੀ ਕਿ ਹੈ ਕਾਂਗਰਸ ਵੱਲੋਂ ਨਹੀਂ ਕੀਤੀ ਜਾਊਗੀ ਸਾਡੇ ਨਾਲ ਮੌਜੂਦ ਨੇ ਜਰਨੈਲ ਸਿੰਘ ਜੀ ਜਰਨਲ ਜੀ ਆਮ ਆਦੀ ਪਾਰਟੀ ਵੱਲੋਂ ਰੈਲੀ ਕੀਤੀ ਜਾ ਰਹੀ ਹੈ ਕਾਂਗਰਸ ਕਹਿ ਰਹੀ ਹੈ ਕਿ 31 ਮਾਰਚ ਤੱਕ ਲੋਕਾਂ ਦੇ ਜਿਹੜਾ ਕੀ ਹੈ ਪੰਜਾਬ ਦੇ ਇੱਕ ਸੇਫਟੀ ਧਿਆਨ ਚ ਰੱਖਦੇ ਹੋਏ ਰੈਲੀ ਨਹੀਂ ਕੀਤੀ ਹੋਗੀ ਲੇਕਿਨ ਆਮ ਆਦੀ ਪਾਰਟੀ ਵੱਲੋਂ ਕੀਤੀ ਜਾ ਰਹੀ ਹੈ ਵੱਡਾ ਇਕੱਠ ਹੋਏਗਾ ਅਰਵਿੰਦ ਕੇਜਰੀਵਾਲ ਜੀ ਪਹੁੰਚਣਗੇ ਕੀ ਲੱਗਦਾ ਕੀ ਕਾਰਨ ਹੈ ਕਿ ਸਭ ਤੋਂ ਤਰ ਤੇ ਜੇਕਰ ਕਾਂਗਰਸ ਦੀ ਗੱਲ ਕੀਤੀ ਰਵੇ ਉਹਨਾਂ ਦਾ ਇਹ ਕਹਿਣਾ ਕਿ ਆਮ ਆਦੀ ਪਾਰਟੀ ਪੰਜਾਬ ਹਿਤਾਸ਼ੀ ਨਹੀਂ ਹੈ ਪੰਜਾਬ ਦੇ ਲੋਕਾਂ ਬਾਰੇ ਨਹੀਂ ਸੋਚ ਰਹੀ ਵੇਖੋ ਜੀ ਕਾਂਗਰਸ ਨੂੰ ਇਕੱਲੇ ਕੋਵਿਡ ਦਾ ਹੀ ਫਿਕਰ ਹੁੰਦਾ ਤੇ ਕੋਵਿਡ ਆਇਆ ਤੇ ਸਾਲ ਨਾਲੋਂ ਵੱਧ ਹੋ ਗਿਆ ਹੁਣ ਤੱਕ ਕੋਈ ਰੈਲੀ ਨਹੀਂ ਹੋਣੀ ਚਾਹੀਦੀ ਸੀ ਪਿਛਲੇ ਇੱਕ ਸਾਲ ਦੇ ਦੌਰਾਨ ਬਹੁਤ ਸਾਰੀਆਂ ਰੈਲੀਆਂ ਬਹੁਤ سارے ਕਿਸ ਹਰ ਕਿਸਮ ਦੇ ਕੱਟ ਹੋਏ ਨੇ ਪਰ ਕੱਲ ਕਿਉਂਕਿ ਕੇਜਰੀਵਾਲ ਸਾਹਿਬ ਪੰਜਾਬ ਜਾ ਰਹੇ ਨੇ ਤੇ ਉਹਦੀ ਘਬਰਾਹਟ ਦਿਸਦੀ ਹੈ ਨਹੀਂ ਤੁਹਾਨੂੰ ਕੀ ਲੱਗਦਾ ਮਤਲਬ ਕੇਜਰੀਵਾਲ ਸਾਹਿਬ ਰੈਲੀ ਕਰਨ ਪਹੁੰਚਣੇ ਪੰਜਾਬ ਚ ਮੋਗਾ ਚ ਸਿਰਫ ਉਸ ਰੈਲੀ ਤੋਂ ਡਰ ਕੇ ਪੰਜਾਬ ਸਰਕਾਰ ਵੱਲੋਂ ਨਵੀਂ ਗਾਈਡਲਾਈਨਸ ਇਸ਼ੂ ਕਰ ਦਿੱਤੀ ਗਈ ਬਿਲਕੁਲ ਕਿਉਂਕਿ ਕੱਟ ਤੇ ਮੈਂ ਫਿਰ ਦੱਸ ਰਹੇ ਹਾਂ ਬਹੁਤ ਸਾਰੇ ਹੋਏ ਨੇ ਤੇ ਕਾਂਗਰਸ ਨੇ ਆਪ ਕੀਤੇ ਨੇ ਪਿੱਛੇ ਐਮਸੀ ਦੀ ਇਲੈਕਸ਼ਨਸ ਹੋਈਆਂ ਨੇ ਉਸ ਦੌਰਾਨ ਬਹੁਤ ਵੱਡੇ ਵੱਡੇ ਕੱਟ ਹੋਏ ਨੇ ਕਾਂਗਰਸ ਸਰਕਾਰ ਨੇ ਕਾਂਗਰਸ ਪਾਰਟੀ ਨੇ ਆਪ ਕੀਤੇ ਨੇ ਕੋਵਿਡ ਕੋਈ ਕੱਲ ਦਾ ਨਹੀਂ ਆਇਆ ਕੋਵਿਡ ਕਈ ਮਹੀਨਿਆਂ ਤੋਂ ਚੱਲ ਰਿਹਾ ਪਰ ਜੋ ਵੀ ਪ੍ਰਸ਼ਾਸਨ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਨੇ ਉਹ ਸਭ ਨੂੰ ਫੋਲੋ ਕਰਦੇ ਹੋਏ ਪਰੇ ਨਹੀਂ ਕਰਾਂਗੇ ਲੇਕਿਨ ਵੱਡਾ ਇੱਕ ਕੱਟ ਹੋਏਗਾ ਉਸ ਕੱਟ ਦੇ ਵਿੱਚ ਕਿਵੇਂ ਤੁਸੀਂ ਹਰ ਕਿਸੇ ਦੀ ਕਹਿ ਸਕਦੇ ਕਿ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖ ਲੋਗੇ ਕਿਉਂਕਿ ਹਦਾਇਤਾਂ ਨੇ ਸਰਕਾਰ ਵੱਲੋਂ ਪ੍ਰਬੰਧ ਵੀ ਕੀਤੇ ਗਏ ਨੇ ਜੋ ਸਟੇਜ ਤੇ ਬੁਲਾਰੇ ਹੋਣਗੇ ਉਹਨਾਂ ਦੇ ਟੈਸਟ 네ਗੇਟਿਵ ਹੋਣ ਦੀ ਰਿਪੋਰਟ ਵੀ ਮੈਂਡਟਰੀ ਤੌਰ ਤੇ ਮੰਗੀ ਗਈ ਹੈ ਤੇ ਜੋ ਵੀ ਹਦਾਇਤਾਂ ਨੇ ਸਾਰੀ ਫੋਲੋ ਕਰਦੇ ਹੋਏ ਗੱਲ ਦੀ ਰੈਲੀ ਕਰਾਂਗੇ ਪੰਜਾਬ ਸਰਕਾਰ ਦੇ ਮੈਨੀਫੈਸਟੋ ਦਾ ਰਾਨ ਰੋਜ਼ਗਾਰ ਦੀ ਗੱਲ ਕੀਤੀ ਗਈ ਸੀ ਤੁਹਾਡੇ ਵੱਲੋਂ ਗੱਲ ਕੀਤੀ ਗਈ ਹੈ ਕਿ ਪੰਜਾਬ ਦੀ ਜਨਤਾ ਨੂੰ ਨਹੀਂ ਬਲਕਿ ਪੀਕੇ ਨੂੰ ਰੋਜ਼ ਕੀ ਕੀ ਦੀ ਵਿਚਾਰਨ ਮੈਂ ਤੇ ਫੈਕਟ ਦੱਸ ਰਿਹਾ ਸੀ ਆ ਕੱਲ ਦੀ ਸੀ ਵੋਟਰ ਦਾ ਸਰਵੇ ਆਇਆ ਇਹਦੇ ਚ 41% ਤੁਸੀਂ ਵੇਖ ਸਕਦੇ ਹੋ ਪੰਜਾਬ ਦੇ ਲੋਕਾਂ ਦਾ ਜੋ ਲੋਕਾਂ ਨੇ ਦੱਸਿਆ ਮੁੱਦਾ ਉਹ ਰੋਜ਼ਗਾਰ ਦਾ ਮੁੱਦਾ ਹੈ ਕਿਸਾਨੀ ਦਾ ਮੁੱਦਾ ਹੈਗਾ ਤੇ ਜੇ ਰੋਜ਼ਗਾਰ ਦੀ ਗੱਲ ਕਰੀਏ ਤੇ ਜਿਨ੍ਹਾਂ ਦੇ ਰੋਜ਼ਗਾਰ ਚੱਲਦੇ ਵੀ ਸੀ 4 ਸਾਲ ਦੀ ਸਰਕਾਰ ਦੇ ਦੌਰਾਨ ਉਹ ਵੀ ਛੁੱਟ ਗਏ ਨੇ ਅਨਇੰਪਲੋਇਮੈਂਟ ਦਾ ਰੇਸ਼ਾ ਜੋ ਰੇਟ ਹੈਗਾ ਉਹ ਵੱਧ ਗਿਆ ਤੇ ਜੋ ਵਾਦੇ ਜੋ ਨੋ ਨੁਕਤੇ ਕਹਿੰਦੇ ਸੀ ਜੀ ਕੈਪਟਨ ਦੇ ਨਵੇਂ ਨਰੋਏ ਪੰਜਾਬ ਵਾਸਤੇ ਉਹ ਨੋ ਦੇ ਨੋ ਨੁਕਤੇ ਫੇਲ ਹੋਏ ਨੇ ਕਿਉਂਕਿ ਜਮੀਨੀ ਹਕੀਕਤ ਤੋਂ ਸਰਕਾਰ ਬਹੁਤ ਦੂਰ ਰਹੀ ਹੈ ਫਰਮ ਹੌਸ ਤੋਂ ਬੈ ਕੇ ਸਰਕਾਰਾਂ ਨਹੀਂ ਚਲਦੀਆਂ ਜੇ ਸਰਕਾਰਾਂ ਕਿੱਦਾਂ ਚਲਦੀਆਂ ਹੈ ਜੋ ਲੋਕਾਂ ਨੂੰ ਲੋਕਾਂ ਦੇ ਵਾਸਤੇ ਕੰਮ ਕਰ ਸਕਣ ਉਹ ਦਿੱਲੀ ਦੀ ਕੇਂਦਰੀ ਵਾ ਸਰਕਾਰ ਤੋਂ ਸਿੱਖਿਆ ਕੈਮਰਾਮਨਤਰ ਅੰਬੀਰ ਦੇ ਨਾਲ ਅਨਮੋਲ ਗੁਲਾਟੀ ਜ਼ੀ ਮੀਡੀਆ ਚੰਡੀਗੜ੍ਹ